ਲੁਧਿਆਣਾ ਦੇ ਵਾਰਡ ਨੰਬਰ 68 ਜਵਾਹਰ ਨਗਰ ਕੈਂਪ ਵਿਖੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਵਿੰਦਰ ਡੁਲਗਚ ਦੀ ਅਗਵਾਈ ਹੇਠ 400 ਦੇ ਕਰੀਬ ਜ਼ਰੂਰਤਮੰਦ ਮਹਿਲਾਵਾਂ ਨੂੰ ਰਾਸ਼ਨ ਵੰਡਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਡੁਲਗਚ ਨੇ ਕਿਹਾ ਜੋ ਮੌਜੂਦਾ ਪੰਜਾਬ ਸਰਕਾਰ ਦੇ ਵੱਲੋਂ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਨੇ ਉਹਨਾਂ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਰਾਸ਼ਨ ਦਿੱਤਾ ਗਿਆ। ਸਾਰਿਆਂ ਨੂੰ ਜੈ ਵਾਲਮੀਕੀ, ਹਰ ਹਰ ਵਾਲਮੀਕੀ। ਅੱਜ ਯੂਥ ਅਕਾਲੀ ਦਲ ਦੀ ਪੂਰੀ ਟੀਮ ਵੱਲੋਂ ਵਾਰਡ ਨੰਬਰ 68 ਵਿੱਚ, ਮੈਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸੇਵਕ ਹੋਣ ਦੇ ਨਾਤੇ ਪਿਛਲੇ ਦਿਨੋਂ ਜਿਹੜੀ ਨਿਕੰਮੀ ਸਰਕਾਰ ਵੱਲੋਂ ਸਾਡੇ ਵਾਰਡ ਦੇ 900 ਪਰਿਵਾਰਾਂ ਦਾ ਜਿਹੜਾ ਨਾਮ ਕੱਟਿਆ ਗਿਆ ਕਾਰਡ ਵਿੱਚੋਂ, ਅਸੀਂ ਉਹ ਪਰਿਵਾਰਾਂ ਵਿੱਚੋਂ 400 ਪਰਿਵਾਰਾਂ ਨੂੰ ਅੱਜ ਆਪਣੇ ਵੱਲੋਂ ਅਤੇ ਆਪਣੀ ਟੀਮ ਵੱਲੋਂ ਰਾਸ਼ਨ ਵੰਡਿਆ ਗਿਆ ਵਾ। ਅਤੇ ਜਦੋਂ ਤੱਕ ਨਿਕੰਮੀ ਸਰਕਾਰ ਇਹਨਾਂ ਦਾ ਕਾਰਡ 'ਚ ਨਾਮ ਨਹੀਂ ਚੜਵਾਉਂਦੀ ਜਾਂ ਕਾਰਡ ਦੁਆਰਾ ਰਾਸ਼ਨ ਨਹੀਂ ਕਣਕ ਚਾਲੂ ਕਰਦੀ, ਤਾਂ ਅਸੀਂ ਆਪਣੇ ਵਾਰਡ ਦੇ ਜਿੰਨੇ ਪਰਿਵਾਰ ਆ, ਜਿੰਨੇ ਕੁ ਯੋਗੇ ਅਸੀਂ ਹੈਗੇ ਹਾਂ, ਉਹਨਾਂ ਦੀ ਮਦਦ ਕਰਾਂਗੇ ਅਤੇ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਦਵਾਂਗੇ ਆਪਣੇ ਵੱਲੋਂ। ਇਹ ਲਗਾਤਾਰ ਜਾਰੀ ਰਹੂਗਾ। ਇਹ ਸਰਕਾਰ ਨਿਕੰਮੀ ਸਰਕਾਰ ਦੀ ਤਰ੍ਹਾਂ ਝੂਠੇ ਵਾਅਦੇ ਨਹੀਂ ਹੋਊਗੇ। ਅੱਜ ਰਾਸ਼ਨ ਲੈਣ ਆ ਰਹੇ ਤਾਂ ਕਿਸ ਤਰ੍ਹਾਂ ਲੱਗ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਵਧੀਆ ਲੱਗ ਰਿਹਾ ਵਾ ਬਲਵਿੰਦਰ ਵੀਰ ਜੀ, ਇਹ ਸਭ ਨਾਗਰਿਕ ਨੂੰ ਵਧੀਆ ਕੰਮ ਕਰਦੇ ਪਏ ਆ, ਰਾਸ਼ਨ ਦੇ ਕੇ ਗਰੀਬਾਂ ਦੀ ਮਦਦ ਕਰਦੇ ਪਏ ਆ, ਜੋ ਆਮ ਆਦਮੀ ਪਾਰਟੀ ਨੂੰ ਕਰਨਾ ਚਾਹੀਦਾ ਸੀ ਉਹ ਬਿਲਕੁਲ ਵੀ ਨਹੀਂ ਕਰਦੀ ਪਈ। ਕੋਈ ਵੀ ਕਿਸੇ ਦੀ ਪੀੜਾ ਨਹੀਂ ਸਮਝਦੀ ਹੈਗੀ, ਇਹ ਸਮਝਦੇ ਆ, ਇਹ ਕਰਦੇ ਪਏ ਆ, ਬਹੁਤ ਅੱਛਾ ਕੰਮ ਕਰਦੇ ਪਏ ਆ, ਰਾਸ਼ਨ ਦੇ ਰਹੇ ਆ ਫ੍ਰੀ, ਹਰ ਮਹੀਨੇ ਕਹਿੰਦੇ ਦੇਵਾਂਗੇ, ਬਹੁਤ ਵਧੀਆ ਕੰਮ ਕਰਦੇ ਪਏ। ਲੁਧਿਆਣਾ ਲਾਈਵ ਲਈ ਟਿੰਕਾ ਚੱਟ ਦੀ ਰਿਪੋਰਟ।